ਸਾਨੂੰ ਥੋੜਾ ਜਿਹਾ ਭੁਲੇਖਾ ਹੈ, ਕੋਈ ਬਹੁਤਾ ਕੰਮ ਕਰਨ ਲੱਗ ਜਾਵੇ, ਨੱਠ ਭੱਜ ਕਰੇ, ਸਹਿਜ ਸੁਭਾਅ ਕਹਿੰਦੇ ਨੇ ਕ੍ਰਿਸ਼ਨਾ ਚੱਲੀ ਟਿਕਦਾ ਨਹੀਂ। ਇਹ ਗੁਰਮਤ ਤੋਂ ਉਲਟ ਵਿੱਚ ਆਉਂਦਾ। ਕਦੋਂ ਕਿਹਾ ਸਾਨੂੰ ਵਿਹਲੇ ਰਹੋ, ਹੁਕਮ ਹੈ ਉਦਮ ਕਰਿੰਦਿਆਂ ਜੀਵਨ ਤੋਂ ਕਮਾਉਂਦਿਆਂ ਸੁਖ। ਜਿੰਨਾ ਚਿਰ ਜੀਣਾ ਉਦਮ ਕਮਾਈ ਕਰ, ਦਰਸ਼ਨ ਸਿੱਖੀ ਡਿਵੈਲਪਡ ਧਰਮ ਹੈ, ਪ੍ਰੋਗਰੈਸਿਵ ਧਰਮ ਹੈ, ਉੱਨਤ ਧਰਮ ਹੈ। ਸਾਡੇ ਰਾਣੇ ਨੇ ਇਹਨੂੰ ਨਿਰਾਸ਼ਵਾਦ ਵਿੱਚ ਪਾ ਦਿੱਤਾ, ਨਿਰਾਸ਼ਾਵਾਦੀ ਬਣਾ। ਕੁਛ ਨਹੀਂ ਹੈ ਤੇ ਚੜੋ ਸਭ ਕਾਸੇ ਨੂੰ ਰਾਮ ਨਾਮ ਜਪੋ ਜਪੋ। ਇਸੇ ਬੰਧਨ ਨੂੰ ਤੋੜਨ ਖਾਤਰ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖ ਧਰਮ ਪੈਦਾ ਕੀਤਾ, ਉਹਦਾ ਮੁੱਖ ਅਸੂਲ ਬਣਾ ਦਿੱਤਾ, ਕਿਰਤ ਕਰੋ। ਨਾਮ ਜਪਣਾ ਪਹਿਲਾ ਅਸੂਲ ਨਹੀਂ ਗੁਰਮੁਖੋ, ਕਿਰਤ ਕਰਨਾ। ਜਿੱਥੇ ਵੀ ਪੜੋਗੇ ਕਿਰਤ। ਦੂਜੇ ਨੰਬਰ ਤੇ ਨਾਮ ਜਪੋ। ਇਹ ਵੀ ਵਹਿਮ ਹੈ ਸਾਨੂੰ ਕਿ ਸੰਤ ਸਾਧ ਗੁਫਾ ਚ ਜੰਗਲਾਂ ਚ ਜਾ ਕੇ ਨਾਮ ਜਪਦੇ ਨੇ। ਕਿਰਤ ਦੇ ਨਾਲ ਕਿਉਂ ਜੋੜੇ ਸ਼ਬਦ ਨਾਮ ਜਪੋ? ਸਿੱਖ ਦਾ ਨਾਮ ਜਪਣਾ ਹੈ ਕੰਮ ਕਰਦੇ ਹੋਏ ਕਰਤੇ ਨਾਲ ਜੁੜ ਕੇ ਰਹਿਣ। ਕਰਨੀ ਕਿਰਤ ਹੈ ਯਾਦ ਕਰਤਾ ਹੋਵੇ, ਹੱਥ ਪਾਉਂ ਕਰ ਕੰਮ ਸਭ ਜੀਤ ਨਿਰੰਜਨ। ਇੱਥੇ ਸਭ ਕਰਦੇ ਔਖਾ ਹੈ ਸਭ, ਜਿਹੜੀ ਤੈਨੂੰ ਕਿਰਤ ਮਿਲਦੀ ਹੈ ਕਰ, ਪਰ ਕਰਦਾ ਹੋਇਆ ਰੱਬ ਤੋਂ ਨਾ ਟੁੱਟੀ। ਇਹ ਤੁਹਾਡੇ ਸਾਹਮਣੇ ਹੀ ਹੈ। ਸਦਲੇ ਦੀ ਕਿਰਤ ਤਾਂ ਬੱਕਰੇ ਵੱਢਣੇ ਸੀ ਤੇ ਉਹ ਵੀ ਬੈਠਾ ਵਿੱਚ ਲਿਖੇ ਰੱਖੋ ਸਨ, ਉਹਦਾ ਵੀ ਨਾਮ ਪੂਜਿਆ ਜਾ। ਕਿਰਤ ਕਰੋ, ਨਾਮ ਜਪੋ। ਉਹ ਜਿਹੜੇ ਪਹਿਲੇ ਅਸੂਲ ਸੀ, ਘਰ ਬਾਰ ਛੱਡੋ, ਜੰਗਲਾਂ ਚ ਜਾਓ, ਉੱਠੇ ਲੜਕੋ, ਧੂੜੇ ਤਾਪੋ, ਜਲ ਧਾਰੇ ਕਰੋ, ਤਾਂ ਨਾਮ ਜਪੋ। ਨਹੀਂ ਗੁਰਮਤ ਵਿੱਚ ਨਹੀਂ ਕੋਈ ਦੁੱਖ ਨਾ ਮਨਾਵੇ, ਨੁਕਤਾ ਜੀ ਨਹੀਂ, ਗੁਰੂ ਦੀ ਗੱਲ ਕਹਿਣੀ ਪੈਂਦੀ ਹੈ। ਸਾਡੇ ਸਟੇਜਾਂ ਤੇ ਵੀ ਕਈ ਗੁਰਮੁਖ ਪਿਆਰੇ ਕਹਿੰਦੇ, ਮੁੱਠੀਆਂ ਬੀਜੇ ਕਰੋ, ਕਮਰੋੜ ਸਿੱਧੀ ਕਰੇ ਕਰੋ, ਗਰਦਨ ਸਿੱਧੀ ਕਰੋ, ਅੱਧਾ ਵਾਹਿਗੁਰੂ ਅੰਦਰ ਨੂੰ ਲਿਜਾਓ, ਅੱਧਾ ਬਾਹਰ ਨੂੰ ਕੱਢੋ। ਇਸ ਯੋਗ ਵਿੱਚੋਂ ਤਾਂ ਸਾਨੂੰ ਕੱਢਿਆ ਸੀ ਯੋਗੀਆਂ ਦੇ ਨਾਲੇ। ਮੈਂ ਪਿਆਰ ਨਾਲ ਪੁੱਛਦਾ ਜੁੜਦਾ ਜੀ ਨਹੀਂ, ਉਹ ਚ ਤੁਸੀਂ ਭੋਜਨ ਦੀ ਬੁਰਕੀ ਪਾ ਲਈ, ਕੋਈ ਕਵੇ ਅੰਧੀ ਅੱਧਣ ਦੇ ਜਾਂ ਤੇ ਅੰਧੀ ਬਾਹਰ ਨੂੰ ਲਿਜਾਈ, ਕਿਹੜੇ ਹੋਰ ਸਾਧਨਾਂ ਚੱਲ ਜੂਗਾ ਕੰਮ ਕਰ ਸਕਦੇ ਹਾਂ ਤੁਸੀਂ? ਬੁਰਕੀ ਅੱਧੀ ਅੰਦਰ ਨੂੰ ਲਾਵੇ ਤੇ ਅੱਧੀ ਅੰਦਰ ਗਈ ਵੀ ਬਾਹਰ ਨੂੰ ਲਿਆ। ਇਹ ਤਾਂ ਸਹਿਜ ਅਵਸਥਾ ਵਿੱਚ ਗੁਰੂ ਮਹਾਰਾਜ ਨੇ ਸਿੱਖ ਧਰਮ ਪੈਦਾ ਕੀਤਾ ਸੀ ਕਿ ਉਠਤ ਬੈਠਤ ਸੋਭਤ ਨਾਮ ਕਉ ਨਾਨਕ ਜਨ ਕੈ। ਯੋਗ ਦੀ ਲੋੜ ਹੈ, ਰਾਜ ਦੀ ਲੋੜ ਹੈ, ਛੱਡਣੇ ਨਹੀਂ। ਕਿੱਥੋਂ ਮਿਲਣੇ ਆਪਾਂ ਨੂੰ ਗੁਰੂ ਘਰ ਵਿੱਚੋਂ? ਨਿਤ ਸਿੰਘ ਸਾਹਿਬਾਂ ਤੋਂ ਸੁਣਦੇ ਹਾਂ, ਤੁਸੀਂ ਰਾਗੀ ਸਿੰਘਾਂ ਤੋਂ। ਰਾਜ ਲੀਲਾ ਤੇਰੇ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ। ਇਹ ਤਾਂ ਸਿਮਰਨ ਤੇ ਗੁਰੂ ਦੇ ਜਸ ਵਿੱਚ ਦੋਵੇਂ ਚੀਜ਼ਾਂ ਸਾਨੂੰ ਲੱਗੀ। ਅਸੀਂ ਫੇਰ ਸਿੱਖਾਂ ਨੂੰ ਉਧਰੇ ਪਾ ਰਹੇ ਹਾਂ। ਕੈਲੀਫੋਰਨੀਆ ਚ ਇੱਕ ਗੁਰਦੁਆਰੇ ਵਿੱਚ ਰਾਮਦੇਵ ਦਾ ਯੋਗਾ ਸਿਖਾਉਣ ਲੱਗ ਗਏ ਸੀ ਗੁਰਦੁਆਰੇ ਚ। ਬੜਾ ਜਦੋਂ ਜ਼ਹਿਰ ਕਰਕੇ ਉਹਨਾਂ ਦੇ ਆਸਣ ਜੇ ਹਟਾਏ ਕਿ ਗੁਰਦੁਆਰੇ ਨੂੰ ਤੇ ਲੱਤ ਚੋਂ ਕੱਢੇ ਆ, ਤੁਸੀਂ ਮੁੜ ਕੇ ਇੱਥੇ ਪਾਉਂਦੇ? ਪਿੱਛੇ ਸਾਜਿਸ਼ਾਂ ਨੇ ਸਾਡੇ ਕਰਾਉਣ ਵਾਲੇ। ਗੁਰਸਿੱਖ ਪਿਆਰਿਓ, ਵਾਹਿਗੁਰੂ ਦਾ ਨਾਮ ਸਿਮਰਨ ਕਰੋ, ਉਹਦੇ ਬਰਾਬਰ ਕੋਈ ਰਾਜਾ ਨਹੀਂ ਹੈ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ ਦਿੱਲੀ ਇਹਨੇ ਮਹਾਨ ਇਕੱਠ ਵਿੱਚ ਕਹਿ ਦਿੱਤਾ ਸੀ, ਕੋਈ ਹਰ ਸਮਾਨ ਨਹੀਂ।
सब दिल से चार के झूठे करत वाणी ने वचन कर दंदा है पंडित सूर छत्र पर राजा भगत बराबर कौन ना को पंडित विद्वान सूरमा योद्धा राजे महाराजे वाहिगुरु दे सिमरन दे बराबर कोई भी नहीं है क्यों ये छत्र धार बादशाहियां विच सहसे भरियां ये तो परमा विच ने डर है दुआ राजा ने हमला कर दे खजाना ना मुक जावे वोटां च हार ना जावे कोई मार ना दे ये तो विच सहसे भरियां 24 घंटे परमे परमे गुरसिख ਪਰਮ ਨੂੰ ਜਾਣਦੇ ਹੋ ਕਿ ਕੀ ਜੇ ਕੱਢਦੇ ਜੇ ਕੋਈ ਹੋਵੇ ਥੋੜਾ ਬਹੁਤ ਇੱਕ ਮੋਹਰ ਲਾਈਏ ਪਰਮ ਖਾਤਰ ਜਬ ਲੱਗ ਟੁੱਟੈ ਨਾਹੀ ਮਨ ਭਰਮਾ ਤਬ ਲੱਗ ਮੁਕਤ ਨਾ ਹੋਈ ਸਾਬੇ ਕਹਿ ਦਿੱਤਾ ਜੋ ਮਰਜ਼ੀ ਕਰੇ ਫਿਰੀ ਤੇਰੇ ਮਨ ਵਿੱਚੋਂ ਸ਼ੰਕਾ ਭਰਮ ਨਹੀਂ ਮੁੱਕੀ ਤੇ ਗੱਲ ਖਤਮ ਹੈ ਕੁਝ ਵੀ ਨਹੀਂ ਇੱਕ ਵਾਹਿਗੁਰੂ ਦਾ ਪਿਆਰਾ ਹੈ ਜਿੱਥੇ ਕੋਈ ਸ਼ੰਕਾ ਨਹੀਂ ਕੋਈ ਭਰਮ ਨਹੀਂ ਕੋਈ ਡਰ ਨਹੀਂ ਭਗਤ ਦੇ ਹੱਥ ਵਿਆਕਰਨ ਕੀਤੇ ਨੇ ਭੈ ਜਮਾ ਗੱਲ ਸੰਸਕ੍ਰਿਤ ਦਾ ਸ਼ਬਦ ਹੈ ਭੈ ਜਮਾ ਗੱਤ ਭੈ ਕਹਿੰਦੇ ਡਰ ਨੂੰ ਗੱਤ ਕਹਿੰਦੇ ਸੰਸਕ੍ਰਿਤ ਨਾਸ ਨੂੰ ਚਲੇ ਜਾਣਾ ਜੈ ਹਰ ਸਿਮਰਨ ਹੋਇਆ ਤੈਨ ਪਾਤ ਗੱਤ ਕੀਨੀ ਆਦੀਆਂ ਬੋਦੀਆਂ ਤੋਂ ਨੱਠ ਜਾਂਦੀਆਂ ਨੇ ਜਿੱਥੇ ਵਾਹਿਗੁਰੂ ਦਾ ਸਿਮਰਨ ਹੁੰਦਾ ਭਗਤ ਦੇ ਹੱਥ ਨੇ ਜਿੱਥੋਂ ਤਮਾਮ ਡਰ ਖਤਮ ਹੋ ਗਏ ਸਾਰੇ ਡਰ ਸਿਆਣੇ ਸੁਣਦੇ ਹੋ ਸਾਰੇ ਡਰਾਂ ਦੀ ਜੜ ਪਤਾ ਕੀ ਹੈ ਇੱਕ ਹੈ ਜੜ ਜੜ ਤਾਂ ਇੱਕੋ ਹੁੰਦੀ ਹੈ ਲੇਕਿਨ ਉਹ ਦਰਖਤ ਕਿੱਡਾ ਹੁੰਦਾ ਇੱਕ ਜੜ ਹੈ ਤੁਹਾਨੂੰ ਗੋਲੀ ਦਾ ਡਰ ਨਹੀਂ ਹੈ ਸ਼ੇਰ ਦਾ ਵੀ ਡਰ ਨਹੀਂ ਹੈ ਦੁਸ਼ਮਣ ਦਾ ਵੀ ਡਰ ਨਹੀਂ ਹੈ ਅੱਗ ਦਾ ਵੀ ਡਰ ਨਹੀਂ ਹੈ ਡਰ ਤਾਂ ਹੈ ਵੀ ਇਹਨਾਂ ਨੇ ਮਾਰ ਦੇਣਾ ਡਰ ਤੇ ਬਹੁਤ ਹੈ ਦੁਸ਼ਮਣ ਤੋਂ ਕਿਉਂ ਡਰਦੇ ਮਾਰੂਗਾ ਸ਼ੇਰ ਤੋਂ ਕਿਉਂ ਡਰਦੇ ਮਾਰੂਗਾ ਪਾਣੀ ਵਿੱਚ ਡੁੱਬਿਆ ਮਰ ਜਾਊਗਾ ਡਰ ਤੇ ਮੌਤ ਦਾ ਇੱਕ ਮੌਤ ਦਾ ਡਰ ਚੱਕ ਹੋ ਜਾਵੇ ਬਸ ਉਹ ਹੋਵੇ ਭਗਤ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਤਮਾਮ ਡਰ ਖਤਮ ਲੋਕਾਂ ਸੁਣ ਲਓ ਹੁਣ ਵਿਚਾਰ ਸਕਰ ਦੀ ਗੱਲ ਭਗਤ ਨੂੰ ਰੱਬ ਦਾ ਵੀ ਡਰ ਨਹੀਂ ਸਮਝਣਾ ਔਖਾ ਇਸ ਸ਼ਬਦ ਨੂੰ ਹੁਣ ਮੈਂ ਸ਼ਲੋਕ ਬੋਲਣਾ ਸਮਾਂ ਸੀਮਿਤ ਹੁੰਦਾ ਬੋਲਣ ਵਾਲਿਆਂ ਨੂੰ ਸਾਨੂੰ ਇੱਕ ਰਾਗੀ ਸਿੰਘਾਂ ਨੂੰ ਪ੍ਰੋਬਲਮ ਹੈ ਮੁਸ਼ਕਲ ਹੈ ਉਹ ਕਿਹੜੀ ਅਸੀਂ ਗੱਲ ਤਾਂ ਕਰਨੀ ਹੈ ਉਹਦੀ ਜੋ ਸਮੇਂ ਵਿੱਚ ਹੈ ਨਹੀਂ ਅਕਾਲ ਹੈ ਨਾ ਸਮੇਂ ਵਿੱਚ ਹੈ ਨਹੀਂ ਕਰਨ ਵਾਲੇ ਨੂੰ ਸਮੇਂ 'ਚ ਰਹਿਣਾ ਪੈਣਾ ਪੱਸ ਕੇ ਗੱਲ ਉਹਦੀ ਕਰਨੀ ਹੈ ਜੋ ਸਮੇਂ ਵਿੱਚ ਹੈ ਨਹੀਂ ਕਰਨ ਵਾਲੇ ਨੂੰ ਸਮੇਂ ਵਿੱਚ ਰਹਿਣਾ ਇਸੇ ਕਰਕੇ ਕੁਝ ਨਹੀਂ ਹੁੰਦਾ ਇਹ ਇੱਥੇ ਦਾ ਸਮਾਂ ਨਹੀਂ ਗੱਲਾਂ ਉਹਦੀਆਂ ਕਰਦੇ ਰਹਿਣਾ ਕਥਾ ਕਰਦੇ ਰਹਿਣਾ ਮੁੱਕਣੀਆਂ ਦੀ ਆਪਾਂ ਨੇ ਮੁੱਕ ਜਾਣਾ ਕਿਉਂਕਿ ਸਮਾਂ ਸੀਮਿਤ ਹੈ ਹੁਣ ਭਗਤ ਦਾ ਅਰਥ ਹੈ ਸਾਰੇ ਤਮਾਮ ਡਰ ਖਤਮ ਰੱਬ ਦਾ ਵੀ ਡਰ ਸਮਝ ਲਿਓ ਇਹਨੂੰ ਸ਼ੰਕਾ ਨਾ ਕਰਿਓ ਜਾ ਕੇ ਹੋਰ ਕਰੋ ਵੀ ਰੱਬ ਤੋਂ ਵੀ ਨਹੀਂ ਡਰਦਾ ਤੁਸੀਂ ਕਾਹਦਾ ਭੁੱਤ ਹੋਇਆ ਉਹ ਹੈ ਤਾਂ ਵਿਧਾਨ ਤੁਸੀਂ ਪਕੜ ਵਿੱਚ ਲਿਆਓਗੇ ਡਰ ਤੁਹਾਨੂੰ ਕਿਹਦਾ ਹੈ ਦੂਜੇ ਦਾ ਆਪਣੇ ਆਪ ਤੋਂ ਤਾਂ ਕਦੇ ਡਰ ਨਹੀਂ ਲੱਗਿਆ ਪਿਆਰ ਕਰੋਗੇ ਤਾਂ ਦੂਜੇ ਨਾਲ ਹੋਊਗਾ ਦੁਸ਼ਮਣੀ ਕਰੋਗੇ ਤਾਂ ਦੂਜੇ ਨਾਲ ਭਗਤ ਕਿਉਂ ਨਹੀਂ ਰੱਬ ਤੋਂ ਡਰਦਾ ਰੱਬ ਤੇ ਭਗਤ ਦੋ ਹੈ ਹੀ ਨਹੀਂ ਇੱਕ ਹੈ ਇੱਕ ਤੋਂ ਕਦੋਂ ਡਰ ਲੱਗੇ ਡਰ ਦੂਜੇ ਤੋਂ ਲੱਗੂ ਉਹਦੇ ਦੋ ਹੈ ਹੀ ਨਹੀਂ ਹਰ ਹਰ ਜਨ ਦੋਏ ਇੱਕ ਬੇਵਿਚਾਰ ਗੁਰਸਿੱਖ ਪਿਆਰਿਓ ਬਚਨ ਜਿਹੜੇ ਚੱਲਦੇ ਨੇ ਥੋੜਾ ਜਿਹਾ ਵੱਧ ਜਾਈਦਾ ਥੋੜਾ ਧਿਆਨ ਵੇਖ ਕੇ ਪ੍ਰਮਾਣ ਦੇਣੇ ਪੈਂਦੇ ਪ੍ਰਮਾਣ
संस्कृत का शब्द है। प्रमाण जानते हैं पता की होंगे, जानते नहीं तुझे करते हो वरतते हो। प्रमाण का पंजाबी उर्दू कह लो गवाही विटनेस, जिन्हों तुसी गवाही कहने हो ना उसका संस्कृत में नौ प्रमाण है। ते वेद ने मोहर ला दी है बिना प्रमाण न सिर हटन, प्रमाण तो बिना किसी गल की सच्चाई नहीं है। क्योंकि यह समझ लो नित करते हो केस चलता है कचहरी च, वकील नूं पता होंगे भी चोरी की है, जज नूं भी पता होंगे चोर है, जजमेंट जिहदे कोल जजमेंट हो गया दोहां नूं पता होंगे, पर जब तक गवाही नहीं होगी सजा नहीं दूंगा। गवाही तो बिना ना सजा ना छुटकारा ना उसका फैसला, इन्नी जरूरी है। यही प्रमाण जरूरी है, प्रमाण तो गवाही तो बिना किसी चीज की सच्चाई नहीं पता लगती। रबता भी पै गया क्योंकि पै दूजे का होंगे, और पै कदों होंगे प्रेमियो बाणी चो पढ़ लो, ये बंदूखा ये बॉम्बे बॉडी गार्ड थोड़ा पै नहीं चक सकते, ये बहम है। जे पै चकना है निरपौ जप है सगल पौ मिट, और भी याद रखो जिन्हों जिन्हों किसी का डर नहीं है। तुम उन्होंने मगर तुरे फिर हो जिन्होंने नींद भी गोलियां खा के आती है, फिर रखो सतना जिन्हों कोठी की है जे मिट्टो दिखता है कि मार नाल ना बैठा हो, असी उन्होंने पिछे अपने डर दूर कर दे। निरभौ जपै रह रास्ता पढ़ते सुनते हो, जिन निरभौ जिन हर निरभौ त्याया जी, इनका भौ सब गुरवासी। एक और बार मुंडा भी है जे डर चकने है, बड़ा सुंदर बारूल है, महाराज कहते आप ना डरो ना अमर डराओ। जे तू किसे तो डरना नहीं किसे नु डराउण तो भी हट जा, जे किसे नु डरावेगा डर लगे। इसे नु नौवें पातशाह दा वचन है, पै काहू को देत ने पै मानत, जो किसे नु डराउंदे नहीं ओ किसे कोलो डरदे भी नहीं। थोड़ी पंजाबी दी गल सुना दिंदे, मैं भी खेती कर दें, जिने बलौर किसे दा बगाड़ी कोई नहीं ना, वह तो लुधियाने तो अधी रात तुर के आज भी उन्हें डर लगने, फुगाड़े तो अधी रात आज भी आराम नाल आऊंगा, क्योंकि किसी ने डराया नहीं। पर जिन्हें छेड़खानी की हुई है उन्होंने पिंड की अपनी मोटर से जो नेरा हो जाए ना, वो सड़क सड़क तुरिया आऊगा, जेड़े आले दुआले बूझ अक खड़े है ना वो बंदे दिखने लग जाते हैं आप, क्योंकि छेड़खानी करी हुई है किसी ने। घर आई नू आके कहूगा मैं तो बच गया, तो खड़े थे खड़े थे फोटो खिंचने लिखे सदना, वो तो खड़े थे, जो खड़े होंगे फिर तेन घर किसे आते, फिर तो घर आई तेरे को लिखे सदना की गल है। मैं तो दुनिया डरे मैं किसी तो डरा, ये कितने फार्मूल है, ये जी शक्ति है एक जगह कदे भी नहीं टिकी। सूरज की शक्ति डेढ़ गुणा वड्डा है धरती तो, एक साल रहती है दोपहर कोई जोहन होता है, सवेर कोई सुंदरता होती है, शाम घर के परछावे होंगे। आप छे फुट के की शक्ति संभाल लवेंगे, संसार में धरती तो डेढ़ गुणा वड्डा सूरज ओदी भी शक्ति घटती बनती। एक कदे सारा जिंदगी अपने हाथ नहीं रहनी, एक गुआढ़ी कोल भी जाओगी आओ अपने सब्जेक्ट दे की होंगी है। कृष्णा अपना काम कटाउना जंगलां च तुरे फिरन
ਕਿਰਤ ਕਰੋ ਸਭ ਤੇ ਪਹਿਲਾਂ, ਪਰ ਕਰਦੇ ਹੋਏ ਕਰਤੇ ਨੂੰ ਯਾਦ ਰੱਖੋ। ਉਹ ਹੈ ਸਿੱਖ ਦਾ ਨਾਮ ਜਪੋ, ਘਰ ਬਾਰ ਛੱਡ ਕੇ ਨਹੀਂ, ਹੱਥ ਪਾਉ ਕਲ ਕਾਲ ਸਭ ਜੀਤ ਨਿਰੰਜਨ। ਤੇਰਾ ਸਰੀਰ ਕਿਰਤ ਵਿੱਚ ਹੋਵੇ, ਤੇਰਾ ਮਨ ਕਰਤੇ ਨਾਲ ਜੁੜਿਆ ਹੋ। ਹੁਣ ਤੁਸੀਂ ਕਹੋਗੇ ਲੋਕਾਂ ਨੂੰ ਕਿਵੇਂ ਵਜਾਉਣਗੇ, ਇੱਕੋ ਕੁੰਡੀ ਹੈ ਛੋਟੀ ਜਿਹੀ ਵਿੱਚ। ਇਹ ਕਹਿ ਲਿਆ ਕਰੋ ਜੋ ਕੁਛ ਕਰਦੇ ਹੋ, ਇਹ ਵਾਹਿਗੁਰੂ ਇਹ ਮੈਂ ਨਹੀਂ ਕਰਦਾ ਤੂੰ ਹੀ ਕਰ ਰਿਹਾ। ਤੁਹਾਡੀ ਕਿਰਤ ਜੁੜ ਗਈ ਕਰ, ਜਦ ਕਹੋਗੇ ਮੈਂ ਕਰ ਰਿਹਾ ਕਰਤਾ ਭੁੱਲ ਗਿਆ। ਜਿੱਥੇ ਮੈਂ ਹਾਂ ਉੱਥੇ ਤਾਂ ਵਾਹਿਗੁਰੂ ਨੇ ਹੋਣਾ ਹੀ ਨਹੀਂ ਕੁਛ। ਜੋ ਮੈਂ ਕੀਤਾ ਮੇਰਾ ਨਹੀਂ ਹੈ, ਇਹ ਸਭ ਕੁਝ ਤੇਰਾ ਜੁੜ ਗਿਆ ਤੂੰ ਕਰਦੇ। ਜੋ ਮੈਨੂੰ ਸੇਵਾ ਕਰਾ ਰਿਹਾ ਮੈਂ ਨਹੀਂ ਕਰ ਰਿਹਾ, ਇਹ ਵੀ ਤੂੰ ਆਪਣੀ ਸੇਵਾ ਆਪ ਕਰ ਰਿਹਾ। ਬਸ ਜੁੜ ਗਏ ਤੁਸੀਂ ਕਰਦੇ ਨਾ, ਇਹੀ ਕਰਦੇ ਨਾ। ਸੁਪ੍ਰੇਮੀਓ ਕੰਮ ਕਾਰ ਛੱਡਣਾ ਇਹ ਸਿੱਖੀ ਦਾ ਅਸੂਲ ਨਹੀਂ ਹੈ। ਕਿਰਤ ਕਰੋ ਤੇ ਕਰਦੇ ਨਾਲ ਜੁੜ ਕੇ ਰਹੋ, ਜੋ ਕਿਰਤ ਕੀਤੀ ਹੈ ਉਹਦਾ ਦਸਵੰਧ ਕੱਢੋ। ਜੋ ਦਾਨ ਕਰਨਾ ਦਸਵੰਧ ਕੱਢਣਾ ਹੈ ਨਾ, ਇਹਨੂੰ ਪੜ੍ਹਨਾ ਗੁਰੂ ਗ੍ਰੰਥ ਸਾਹਿਬ ਜੀ ਕੀ ਫਾਇਦਾ ਵਿੱਚ ਲਿਖਿਆ ਹੈ ਸਭ ਕੁਝ ਇਹਨੂੰ ਖੋਜੋ। ਰਾਮਕਲੀ ਦੀ ਵਾਰ ਵਿੱਚ ਰਾਏ ਬਲਵੰਡ ਸੱਤਾ ਜੀ ਕਹਿੰਦੇ ਨੇ ਜਿਹੜੀ ਤੁਹਾਡੀ ਮਾਇਆ ਸੰਸਾਰ ਦੀ ਕੋਈ ਵੀ ਚੀਜ਼ ਹੈ ਮੈਂ ਹੀ। ਕਿਤੇ ਸਮਝਿਓ ਨਾ, ਸਿਉਣੇ ਨੂੰ ਸਭ ਤੋਂ ਹੁਕਮ ਮੰਨਿਆ ਉਹਦੇ ਵਿੱਚ ਵੀ ਮੈਂ। ਅੱਜ 24 ਕਰੇਟ ਦਾ ਸਿਉਣੇ ਦਾ ਗਹਿਣਾ ਬਣਾ ਲਿਓ, 10 ਦਿਨ ਬਾਅਦ ਜਾਓ ਸਲਿਆਰ ਵੀਰੋ ਤੋਂ ਪਾਠ ਕੱਟੂਗਾ। ਕਿਉਂ? ਸਭ ਕੁਝ ਮਿਲਦਾ, ਸੂਰਜ ਮਹਿਲਾ, ਰੱਬ ਮਹਿਲਾ, ਮਹਿਲਾ ਹੈ ਚੰਦ, ਮਹਿਲਾ ਬਣਦਾ ਇਸ ਸੰਸਾਰ। ਸੰਕੋਚ ਕੇ ਬੋਲਣਾ ਪੈਂਦਾ ਹੈ, ਪਰ ਸਮਝ ਆਣਾ ਤੁਸੀਂ ਅਸੀਂ ਮੈਲੇ ਕਿਉਂ ਹੈ। ਇੱਕ ਮੈਲ ਦੀ ਬੂੰਦ ਤੋਂ ਹੀ ਪੈਦਾ ਹੋਏ ਹੈ, ਜਿਹਦਾ ਬੀਜ ਹੀ ਮੈਲ ਹੈ ਉਹਦਾ ਬੂਟਾ ਸੁੱਧ ਕਿੱਥੇ ਹੋਣਾ। ਮੈਲਾ ਮਲਤਾ ਇਹ ਸੰਸਾਰ, ਇੱਕ ਹਰ ਮੈਲ ਇਹ ਮਾਇਆ। ਇਹਨੂੰ ਤਾਂ ਪੰਜਾਬੀਆਂ ਦੀ ਕਹਾਵਤ ਹੈ, ਮਾਇਆ ਹੱਥਾਂ ਦੀ ਮੈਲ, ਇਹ ਤਾਂ ਹੈ ਹੀ, ਇਹ ਮੈਲੀ ਹੈ। ਜੇ ਇਹਨੂੰ ਸ਼ੁੱਧ ਕਰਨਾ, ਦਰ ਸੇਵੈ ਉਮਤ ਖੜੀ, ਮਸ਼ਕੱਲੈ ਹੋਏ ਜੰਗਾਲੀ। ਜਦੋਂ ਇਹ ਸੇਵਾ ਸਿਮਰ ਵਿੱਚ ਲੱਗਦੀ ਹੈ ਤੁਹਾਡੀ ਮਾਇਆ, ਕੀ ਹੁੰਦਾ ਫਿਰ? ਮਸ਼ਕੱਲੈ, ਮਸ਼ਕੱਲਾ ਫਾਰਸੀ ਚ ਕਹਿੰਦੇ ਗੁਰਮੁਖੋ ਰੇਗ ਮਾਰ ਸੈਂਡ ਪੇਪਰ, ਜਿਹਨੂੰ ਤੁਸੀਂ ਰੇਗ ਮਾਰ ਕਹਿੰਦੇ ਨਾ ਸੈਂਡ ਪੇਪਰ, ਫਾਰਸੀ ਚ ਉਹਦਾ ਨਾਮ ਮਸ਼ਕੱਲਾ ਵਰਤਦੇ ਰਹੇ ਹੈ ਤੁਸੀਂ। ਜਿੱਥੇ ਜਲ ਲੱਗ ਜਾਵੇ, ਮੈਲ ਲੱਗ ਜਾਵੇ ਤੇ ਰੇਗ ਮਾਰ ਫੇਰ ਤੋਂ ਸ਼ੁੱਧ ਚਮਕਣ ਲਾ ਦੂ ਤਾਰ ਦਿਆ ਨਾ ਮੈਂ। ਜਿਹੜੀ ਤੁਹਾਡੀ ਸੇਵਾ ਵਿੱਚ ਦਾਨ ਪੁੰਨ ਵਿੱਚ ਮਾਇਆ ਆਉਂਦੀ ਹੈ, ਇਹ ਸੇਵਾ ਇੱਕ ਰੇਗ ਮਾਰ ਹੈ, ਇਹ ਉਹਦੀ ਮੈਲ ਧੋਂਦੀ ਹੈ। ਹੋਏ ਜੰਗਾਲ ਤਾਂ ਜਾਣਦੇ ਹੋ ਤੁਸੀਂ, ਜਲ ਜੰਗਾਲ ਲੱਗ ਗਿਆ ਤੇ ਜਲ ਕਰਦੀ ਕੀ ਹੁੰਦੀ ਹੈ? ਲੋਹੇ ਨੂੰ ਵੀ ਸੁਆਹ ਬਣਾ ਦਿੰਦੀ ਹੈ। ਲੋਹੇ ਦੀ ਗੱਲ ਛੱਡੋ, ਆਪਣੀ ਕਰ ਲੋ, ਜਲ ਆਈ ਜੋਬਨ ਹਾਰੇ, ਜਿੱਦਾਂ ਆਪਾਂ ਨੂੰ ਜਲ ਲੱਗਣੀ ਹੈ ਨਾ ਬੁਢੇਪਾ, ਮੈਂ ਵੀ ਤੁਹਾਡੇ ਵਿੱਚ ਉੱਥੇ ਸੁਆਹੀ ਪਈ ਹੋਣੀ ਹੈ, ਅੱਜ ਕੇ ਅੱਗੋਂ ਸਰਦਨ ਉੱਥੇ ਨਿਕਲਣ ਲੱਗੀ ਹੈ। ਬੜੇ ਬੜੇ ਗਾਰਡਨ ਜਿੱਥੇ ਪੈ ਆਉਂਦੇ ਹੈ ਜਲ ਦਾ ਕੀ ਸੁਆਹ। ਇਸ ਜਲ ਨੂੰ ਤਾਰਨ ਦਾ ਤਰੀਕਾ ਦਸ ਸੇਵਾ ਉਮਤ ਖੜੀ। ਜਦੋਂ ਤੁਸੀਂ ਆਪਣੀ ਕਿਰਤ ਨੂੰ ਸੇਵਾ ਸਿਮਰ ਵਿੱਚ ਲਾਉਂਦੇ ਹੋ, ਇਹ ਫਿਰ ਰੇਗ ਮਾਰ ਫਿਰ ਜਾਂਦਾ, ਜ਼ਿਆਦਾ ਅਸਰ ਨਹੀਂ ਰਹਿੰਦਾ, ਬਰਕਤ ਤਾਕਤ ਪੈ ਜਾਂਦੀ। ਹੁਣ ਥੱਬੇ ਥੁੱਬੇ ਤੇ ਚੱਕੀ ਫਿਰਦੇ ਤੁਸੀਂ ਬਥੇਰੇ, ਕਹਿੰਦੇ 1 ਦੇ 55
50 भी हो गए, 60 भी हो गए, 70 भी हो गए, कोई बरकत है, कोई वजन है। डाल जो खंड पाठ भी शामिल हो गया, 5 रुपये भेटा मिलती सी सिर्फ, मुकते ही नहीं। कपड़े लियाने, ग्रोसरी लियानी, जुत्ती भी लियानी, फिर भी 2 रुपये बन जाने। हूं गरंटी मिलता है इंडिया से 700-800, उही लिखता है 800। बेचारे की साइकिल की टायर ट्यूब भी नहीं पैदी, 700 कितनी कड़क होती सी मसी किसी दे। हूं 500-600 क्विंटल का 10 मिनट का आए साल पहली होगी ट्रालिया दरालियां, वो ट्राली ही दिखती है। 500 क्विंटल हो गई, 600 हो गई, ट्रैक्टर की किश्त पिछे ही फिरते हैं, उसे ब्रांड निकले फिरते हैं, कितने गई ट्रालियां। वाहगुरु के सिमरन तो बिना बरकत नहीं पाउनी गुरसिख, ये तो प्रभु कह सिमरन रिज सिद्ध नाम निंद, ये तो सिमरन कल्याणी बजुर्ग बैठे हो याद रखा कि जिथे खरवाड़ा आता सी कोई नंगे सिर नहीं सी जा सकता, बोर दे कोल कोई नंगा सिर नहीं सी जा सकता, कोई असूल सी बरकत। प्रेमियो जब धड़ी तोलते साडे बजुर्ग एक नहीं सी कहते बरकत, इन्ना तकड़ा शब्द। मैंने तो पता नहीं कि थोड़े डालर कि बरकत आई हो जेड़ा मिलता है। 27 मुल्क दास थोड़े चरण साफ कर चुके, 27 मुल्क सेवक जेड़ा मिलता है। दो गल बाबा जी इतने कुछ नहीं है, मैं एक नु कहा जी कुछ नहीं चल इंडिया को कहना जाना भी नहीं है। देखो जी इतने कुछ नहीं पर बैठे क्यों, ये तो बसंत स्कूल होया वह अपना, इतने सर्कल है बस माया का, आ गई तो गई, आई तो गई कुछ, ये धन करते का खेल है, कदे आवे कदे ना को ले आयो, ये धन ना को ले जा, अपनी कमाई बधाउणी कृष्णा ना क्यों कदे हुई। चढ़ती कला ना रहो, कोठियां चंगियां पाओ, सूट बूट पाओ, गुरमत दे प्रसाद छको जो भोजन छकण के स्टेट्स ऑफ लाइफ पूजा करो। एवं गरीबी च नहीं फसना, सिख धर्म ने साडे प्रचारकां दे प्रसाद। मेरे आंदे जिहड़े चाचे तेरे बैठे हो ना, थोड़े पिंड का ग्रंथी जे चंगा सूट पा दे ना, पिंपल हेठ बैठे चाचिया ने कही जाने, लेकिन भाई जी मान नहीं कहे सूट पाई फिरता नहीं, भाई जी तो चाहिए जो थोड़ा गोहा कूड़ा करे जो बहुत कि निराशा दीजा आग पिछा फेर तो गांव पिछे भी देख दसम पातशाह ने मोहर ला दी के निश्चय कर अपनी। गुरसिख प्यारे अपना किरत कमाई बधाउणी कोई कृष्णा नहीं। एक ट्रक है 10 करो, एक स्टोर है 4 बनाओ, 5 किले ने 25 बनाओ, कोई कृष्णा नहीं। हुण कृष्णा दे अर्थ सुनियो, कृष्ण शब्द संस्कृत है, इहदी पंजाबी की है, बहुत प्यार चा कृष्ण पराई वस्तु नूं अपनी बनाउण दी इच्छा करनी, इहदा नाम कृष्णा है। पराई वस्तु इहदे कोल क्यों है, मेरे कोल हो गए, इहदे कोल मेरे तों वध क्यों है, घटो हो गए, इह मेरी होनी चाहीदी है, इहदी क्यों है, इहदा नाम कृष्णा है। दरिया चलदा कदे हड़ नहीं हुंदा, कंडे ढाके जल आले दुआले तुरदे ते फिर हड़ बनदा है। ये अपनियां दित्तियां बख्शां नूं छड्ड के जीव सदों आंढियां गुआंढियां तुरदे ने, मेरियां होण
ਕੰਢਿਆਂ ਦੇ ਵਿੱਚ ਚੱਲੇ ਦਰਿਆ ਸੈਰ ਕਰਨ ਜਾਂਦੇ, ਕਿੰਨਾ ਆਨੰਦ ਮਾਣਦੇ ਨੇ। ਉਹ ਚੋ ਨਹਿਰਾਂ ਨਿਕਲਦੀਆਂ ਨੇ, ਕਿੰਨੀ ਉੱਚ ਪੁੱਜ ਪੈਦਾ ਹੁੰਦੀ, ਪਰ ਜਦ ਕੰਢਿਆਂ ਤੋਂ ਬਾਹਰ ਉੱਡਵੇ ਉਹ ਬਣੀਆਂ ਬਣਾਈਆਂ ਫਸਲਾਂ ਨੂੰ ਵੀ ਨਾਸ ਕਰ ਦਿੰਦਾ, ਬਣੇ ਮਕਾਨਾਂ ਨੂੰ ਵੀ ਢਾਲ ਦਿੰਦਾ। ਪਰਾਈ ਵਸਤੂ ਵੱਲ ਧਿਆਨ, ਇਹਦਾ ਨਾਮ ਹੈ ਤ੍ਰਿਸ਼ਨਾ। ਆਪਣੀ ਕਿਰਤ ਕਮਾਈ ਜਿੰਨੀ ਮਰਜ਼ੀ ਵਧਾਓ, ਲੋੜ ਦਾ ਨਤੀਜਾ ਸੁਣਨਾ। ਹਰ ਬਿਮਾਰੀ ਦਾ ਰਿਜ਼ਲਟ ਹੁੰਦਾ, ਕੋਈ ਗਠੀਆ ਹੋ ਗਿਆ, ਹੱਡ ਗੋਡੇ ਸੁੱਜ ਕੇ ਦੁੱਕਣ ਲੱਗ, ਬਲੱਡ ਪ੍ਰੈਸ਼ਰ ਹੋਜੂ, ਚੱਕਰ ਆਉਣਗੇ। ਗੁਰਸਿੱਖ ਪਿਆਰਿਓ, ਡਾਇਬਟੀ ਹੋ ਗਈ, ਸ਼ੂਗਰ ਹੋ ਗਈ, ਕਿਡਨੀਆਂ ਗਈਆਂ ਜਾਂ ਅੱਖਾਂ ਗਈਆਂ, ਅਸਰ ਕਰਦੀ ਹੈ। ਤਾਪ ਚੜ ਗਿਆ, ਸਰੀਰ ਤੱਤਾ ਹੋਵੇਗਾ ਨਾ, ਇਹ ਤ੍ਰਿਸ਼ਨਾ ਕੀ ਕਰਦੀ ਹੈ। ਮੈਂ ਹੁਣ ਸੁਣਾਉਣ ਲੱਗਿਆ ਡਰਦਾ ਗੁਰੂ ਦਾ ਬਚਨ, ਸ਼ਾਇਦ ਸੁਣ ਕੇ ਤੁਸੀਂ ਵੀ ਡਰੋ। ਜਿਹੜਾ ਪਰਾਈ ਵਸਤੂ ਵੱਲ ਧਿਆਨ ਦੇਣਾ ਨਾ, ਤ੍ਰਿਸ਼ਨਾ ਸੁਣੋ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ, ਮੇਰੇ ਸਤਿਗੁਰ ਕਹਿੰਦੇ, ਵਸਤ ਪਰਾਈ ਕੋ ਉੱਠ ਰੋਵੇ। ਉਹ ਰੋਣਾ ਹੀ ਹੁੰਦਾ, ਇਹ ਐਸੀ ਕੋਠੀ ਇਹਦੇ ਕੋਲ ਕਿਉਂ ਹੈ, ਮੇਰੇ ਕੋਲ ਇਹਦਾ ਇੱਜ਼ਤ ਮਾਣ ਕਿਉਂ ਹੋ ਗਿਆ, ਮੇਰੇ ਕੋਲ ਇਹਨੂੰ ਰੋਣਾ ਲੈ ਗਿਆ। ਜਦੋਂ ਪਰਾਈ ਵਸਤੂ ਵੱਲ ਧਿਆਨ ਦੇਵੇਗਾ, ਡਰ ਕੇ ਸੁਣਿਆ ਜਰ ਕੀ ਨਤੀਜਾ, ਵਸਤ ਪਰਾਈ ਕੌਠ ਰੋਵੇ, ਕਰਮ ਧਰਮ ਸਗਲਾ ਹੀ ਹੋਵੇ। ਸੁਣਦਾ ਪ੍ਰਿੰਥ ਕਰਾਈ ਜਾਈ ਖੰਡ ਪਾਠ, ਕਰੀ ਕਥਾ ਪੀ ਜਾਈ ਅੰਮ੍ਰਿਤਸਰ, ਲਾਈ ਲੰਗਰ, ਜਿੰਨੇ ਕਰਮ ਧਰਮ ਕਰੇਗਾ, ਜੇ ਪਰਾਈ ਵਸਤੂ ਵੱਲ ਤੇਰੀ ਇੱਛਾ ਜਾਂਦੀ ਹੈ, ਉਹ ਸਾਰੇ ਨਾਸ ਹੋ ਜਾਣਗੇ। ਵਸਤ ਪਰਾਈ ਕੌਠ ਰੋਵੇ, ਕਰਮ ਧਰਮ ਬਚ ਕੇ ਰਹਿਣ। ਤ੍ਰਿਸ਼ਨਾ ਐਡਾ ਖੋਟਾ, ਐਡਾ ਭੈੜਾ ਰੋ, ਸਾਰੇ ਕਰਮਾਂ ਧਰਮਾਂ ਦਾ ਨਾਸ ਹੋ ਗਿਆ, ਤੇਰੇ ਕੋਲ ਰਿਹਾ ਕੀ ਫਿਰ, ਨਾ ਕਰਮ ਨਾ ਧਰਮ, ਇੱਕ ਚੀਜ਼ ਰਹਿ ਗਈ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ, ਲੋਭ ਰਹਿ ਗਏ, ਤ੍ਰਿਸ਼ਨਾ ਰਹਿ ਗਈ, ਹੋਰ ਤਾਂ ਰਿਹਾ ਹੀ ਕੱਖ ਨਾ ਕੋਲ ਗੁਰਸਿੱਖ ਦਾ। ਹੁਣ ਆਓ ਅੱਜ ਸਮਾਪਤੀ ਕਰਨੀ ਹੈ ਤ੍ਰਿਸ਼ਨਾ ਦੀ। ਇਹ ਰੋਗ ਹੱਟੇ ਕੱਖ ਨੇ, ਜਦੋਂ ਕੋਈ ਡਾਕਟਰ ਰੋਗ ਦੱਸਦਾ ਉਹਨੂੰ ਕਈ ਦਿਨ ਦਵਾਈ ਵੀ ਦੱਸੋ। ਸਤਿਗੁਰਾਂ ਨੇ ਰੋਗ ਵੱਡਾ ਦੱਸਿਆ ਨਾ, ਸਤਿਗੁਰਾਂ ਤੋਂ ਸਿੱਖਾਂ ਨੇ ਪੁੱਛਿਆ ਜੀ ਦਵਾਈ ਵੀ ਦੱਸੋ। ਦਵਾਈਆਂ ਬਹੁਤੀਆਂ ਨੇ ਗੁਰੂ ਪਿਆ, ਸਭ ਤੋਂ ਵੱਡੀ ਦਵਾਈ ਹੈ ਸੰਤੋਖ। ਇਹ ਜਿੱਥੇ ਸੰਤੋਖ ਹੈ ਉੱਥੇ ਤ੍ਰਿਸ਼ਨਾ ਨਹੀਂ ਹੋਏ। ਤ੍ਰਿਸ਼ਨਾ ਕਹੂਗੀ ਗੁਆਂਢੀ ਦਾ ਸਭ ਕੁਝ ਲੈ ਲੈ, ਸੰਤੋਖ ਕਵੇਗਾ ਕਿਸੇ ਨੂੰ ਕੁਝ ਦੇ ਦੇ। ਇਹ ਦੋਏ ਵਿਪਰੀਤ ਸ਼ਬਦ, ਸੰਤੋਖ ਤੋਂ ਬਿਨਾ, ਸੰਤੋਖ ਦੇ ਅਰਥ ਸੁਣਨੇ, ਸੰਸਕ੍ਰਿਤ ਦਾ ਸ਼ਬਦ ਹੈ, ਤੁਸੀਂ ਤਾਂ ਆਰਾਮ ਨਾਲ ਬੈਠੇ ਸੁਣ ਲੈਂਦੇ ਹੋ। ਜਦ ਪੜ੍ਹੇ ਮੈਂ 5 ਸਾਲ ਸੰਸਕ੍ਰਿਤ ਪੜ੍ਹਦਾ ਰਿਹਾ ਪੰਡਿਤ ਰਘੁਰਦਾਸ ਸਵਾਮੀ ਜੀ ਦੇ ਕੋਲ, ਉਹ ਛੋਟੀ ਵੀ ਇਧਰਲੇ ਪਾਸੇ ਮਾਰ ਦਿੰਦੇ ਸਿੱਧੇ ਹੱਥ ਨੂੰ, ਸਕੂਲ 'ਚ ਤਾਂ ਆਪਣੇ ਵੱਜਦੇ ਰਹੀਏ ਇਧਰਲੇ ਪਾਸੇ ਨਾ, ਉਹ ਅੱਖ ਬਚਾ ਕੇ ਇੱਧਰ ਮਾਰਦੇ ਸੀ ਸੰਸਕ੍ਰਿਤ ਪੜ੍ਹਨੀ। ਕੀ ਲਿਖਿਆ ਮਹਾਰਾਜ ਨੇ ਗੁਰਸਿੱਖ ਪਿਆਰੇ, ਸੰਤੋਖ ਨਿਤ ਵਰਤਦੇ ਹੋ ਸੰਸਕ੍ਰਿਤ ਦਾ ਸ਼ਬਦ। ਇਹ ਦੋ ਸ਼ਬਦਾਂ ਦਾ ਜੋੜ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਸ਼ਬਦ ਸਵਾਇੰਗ ਹੈ, ਇੱਕ ਤੋਖ ਹੈ। ਸਵਾਇੰਗ ਤੋਖ ਦੋਏ ਸ਼ਬਦ ਬਾਣੀ ਵਿੱਚ ਨੇ, ਦੋਹਾਂ ਦਾ ਜੋੜ ਸੰਤੋਖ। ਸਵਾਇੰਗ ਕੀ ਹੈ? ਆਪਣਾ ਆਪ,
हिंदी बोलने वाले सुनिए, मैं ये काम स्वयं करूंगा, मैंने स्वयं देखा है, मैं वहां स्वयं जाऊंगा, अपना आप जो विषय प्रकट कर वो स्वयं है। ये थोड़े गुरु नानक देव जी ने छड़िया नहीं, ये संस्कृत शब्द ही स्पेलिंग बदलते, अर्थ नहीं बदलते। इस स्वयं शब्द में महाराज ने सह लिखे, जिसे सह हम पढ़ते हैं ना, सह का अर्थ है अपने आप सुते प्रकाश, सह स्वयं स्वयं सह लिख दिता, अर्थ वही है अपने आप। तो शब्द बहुत बार गुरु ग्रंथ साहब चाहे संस्कृत में तोख दे अर्थ ने आनंद प्रसन्न मंगलमयी पढ़ना गुरु ग्रंथ साहब। भगती तोखत दीन कृपाला गुणे न कित ही है भिगा, वो तेरे गुणा ते राजी नहीं होता, खुश नहीं होता रब, प्रेमा भगती नाल खुश होता। और पढ़ो भगतों की बाणी, संद विसंद आन तोखी ले गई, तोख शब्द तोखी, सर विसर की शब्द है, ये असल शब्द है विष लै लिखे है, सर विसर विष लै, विष कहिए जहर, लै कहिए नाश, विष लै जहर नाश करने वाली त्रुटी। जो लक्ष्मण मूर्छित होया जंग विच ता हनुमान जी ने विष लै बूटी जी, सल विसल आन जीवदा करता लक्ष्मण तोखी ले हरी, इतने हरी का अर्थ श्री रामचंद्र, रामचंद्र महाराज की खुशी प्राप्त की। तोख का अर्थ है आनंद खुशी, स्वयं का अर्थ है अपना आप। हम पंजाबी विचार सुनो जे, संतोख के अर्थ ने जो तेन वाहिगुरु ने तेरा अपना दता है, वह आनंद माण, वह खुश, जो तेरा अपना स्वयं तोख जो तेनों दाता दती है उन्होंने खुश आले दुआले ना निकाल स्वयं। यदि गल होर भी सुन लो, जो वाहगुरु दियां दत्तियां अपनियां चीजां नाल आनंद नहीं ना होया, दुनिया के पदार्थ मिल जाण ओह भुखा ही रहूगा, भुखिया भुख ना उतरी जे बन्ना पुरियां, जो कुछ अपना दत्ता है ओह ते आनंद। धन्यवाद करिया करो चाहे थोड़ा ही है, जिन्ना भी दता है आप की वाहगुरु के गठे उठ के आए तो सानू अखा दतिया, हाथ दत्या रोटी बीज के आए तो नहीं दिखती, गड्डी चलाते रहे हाथ पैर दे दीने हस्त पाम कर नेत्र रसना तिस त्याग अमृतसर। ਇੰਨੀਆਂ ਦਾਤਾਂ ਮੋਲ ਕੇ ਜਿਹੜੀਆਂ ਮੁੱਲ ਮਿਲ ਨਹੀਂ ਸਕਦੀਆਂ, ਉਹਦੀਆਂ ਦੱਤੀਆਂ ਭੁੱਲ ਗਿਆ ਤੇ ਨਵੀਆਂ ਨਿੱਤ ਮੰਗ ਰਹੇ। ਕੀ ਪਰਪਕਾਰ ਕੀਤਾ ਸੀ ਰੱਬ ਦਾ, ਤੁਹਾਨੂੰ ਆਕਸੀਜਨ ਦੇ ਰਿਹਾ ਰੋਜ਼, ਭੁਲੇਖਾ ਨਾ ਕਰਿਓ ਕਿ ਹਵਾ ਦਾ ਸਾਹ ਲੈਂਦੇ ਹਾਂ ਆਪਾਂ, ਪੜ੍ਹੇ ਲਿਖੇ ਨਾਲੇ ਐਸੇ ਕੰਟਰੀ ਚ ਬੈਠੇ ਹੋ, ਹਵਾ ਸਾਡੀ ਖੁਰਾਕ ਨਹੀਂ ਹੈ, ਸਾਹ ਹਵਾ ਦਾ ਨਹੀਂ ਖਿੱਚਣਾ ਹੈ। ਜਦੋਂ ਸਾਹ ਲੈਂਦੇ ਹੋ ਅੰਦਰ ਆਕਸੀਜਨ ਜਾਂਦੀ, ਸਾਡੀ ਖੁਰਾਕ ਆਕਸੀਜਨ, ਤੇ ਜਦੋਂ ਅਸੀਂ ਬਾਹਰ ਕੱਢਦੇ ਸਾਹ ਤਾਂ ਗੁਰਮੁਖ ਪਿਆਰਿਓ ਕਾਰਬਨ ਡਾਈਆਕਸਾਈਡ ਜ਼ਹਿਰ ਅੰਦਰੋਂ ਨਿਕਲਦੀ ਹੈ। ਦੇਖੋ ਸਿਸਟਮ ਇਹ ਕਿਹਨੇ ਮਸ਼ੀਨਰੀ ਲਾਈ ਹੈ, ਤੇਰੇ ਐਡਾ ਪਰਉਪਕਾਰ ਤੁਸੀਂ ਪਿਆਰਿਓ ਕਿ ਆ ਜਿੰਨੇ ਦਰਖਤ ਖੜੇ ਨੇ ਨਾ, ਹੁਣ ਪੰਜਾਬ ਵਿੱਚ ਵੀ ਹੋਇਆ ਹੋਇਆ ਕੰਮ ਕਹਿੰਦੇ ਵੀ ਉੱਥੇ ਦਰਖਤ ਲਾਓ, ਪੱਟ ਦਿੱਤੇ ਆਪਾਂ ਨੇ, ਹੁਣ ਤਾਂ ਮੋਟਰ ਤੇ ਰੋਟੀ ਖਾਣ ਜੋਗੀ ਚਾਉ ਵੀ ਨਹੀਂ ਛੱਡੀ ਕੇ ਖੁਸ਼।
ਇਹ ਕਿਉਂ ਕੁਝ ਪੈਦਾ ਕੀਤੀ ਹੈ? ਇਹ ਵੈਨਕੋ ਬਣਾ ਰਿਹਾ ਤੁਹਾਡੇ ਮਕਾਨਾਂ ਖਾਤਰ ਨਹੀਂ ਲੱਕੜੀ, ਇਹ ਚੁੱਲ੍ਹੇ ਚਬਾਉਣ ਖਾਤਰ ਨਹੀਂ, ਫਰਨੀਚਰ ਬਣਾਉਣ ਖਾਤਰ ਨਹੀਂ, ਕੱਲਾ ਕੱਲਾ ਦਰਖਤ ਉਹਦਾ ਇੱਕ ਇੱਕ ਪੱਤਾ ਆਕਸੀਜਨ ਛੱਡ ਰਿਹਾ। ਇਹ ਪਲਾਂਟ ਲਾਏ ਨੇ ਸਾਡੇ ਖਾਤਰ ਫਰੀ, ਕੱਲਾ ਕੱਲਾ ਪੱਤਾ ਆਕਸੀਜਨ ਛੱਡੇ ਨਹੀਂ ਰਿਹਾ। ਜਿਹੜੀ ਸਾਡੀ ਗੰਦੀ ਹਵਾ ਅੰਦਰੋਂ ਆਉਂਦੀ ਹੈ ਨਾ, ਉਸ ਗੰਦ ਨੂੰ ਖਾ ਵੀ ਰਿਹਾ। ਸਾਡੇ ਪੁਰਾਤਨ ਮਤ ਵਿੱਚ ਮਰੋਟਾ ਜਿਹੜਾ ਵੱਟ ਹੈ ਇਹਦੇ ਤਿੰਨ ਅਸੂਲ ਲਿਖੇ ਨੇ, ਨਤੂ ਕਤਰਨ, ਇਹਨੂੰ ਕੱਟਣਾ ਨਹੀਂ, ਕਦੇ ਰੋਟੇ ਨੂੰ ਨਹੀਂ ਕੱਟਣਾ ਸ਼ਾਸਤਰ ਕਹਿੰਦੇ, ਨਤੂ ਜਵਾਲਤਨ, ਇਹਨੂੰ ਜਾਲਣਾ ਨਹੀਂ ਇਹਦੀ ਲੱਕੜੀ। ਦੇਖੋ ਕੈਸੇ ਬੱਚੇ ਨੇ ਵੇਖਦੇ, ਨਤੂ ਕਤਰਨ ਨਤੂ ਜਵਾਲਤਨ, ਨਤੂ ਸ਼ਾਖ ਇਹਦੀ ਜੜ ਕਦੇ ਵੀ ਨਹੀਂ ਬਣਨੀ। ਇੱਥੇ ਸਾਡੇ ਕੱਟਣ ਵਾਲੀ ਕਹਿੰਦੇ ਬਾਹਮਣਾਂ ਦਾ ਕੰਮ ਹੈ ਬਰੋਟੇ ਨੂੰ ਪਾਣੀ ਪਾਉਣਾ, ਕਿਹੜਾ ਕਿਤੇ ਛੱਪੜ ਖਾ ਕੇ ਮਿਲਿਆ ਪੜੀ। ਬ੍ਰਾਹਮਣ ਦਾ ਬਰੋਟੇ ਦਾ ਕੀ ਮਤਲਬ ਹੈ? ਬ੍ਰਾਹਮਣਾਂ ਨੂੰ ਬਰੋਟਾ ਦੇ ਦਿਓ, ਖੱਤਰੀਆਂ ਨੂੰ ਪਿੱਪਲ ਦੇ ਦਿਓ, ਤੁਸੀਂ ਨਿੰਮ ਚੱਕੀ ਕਰੇ ਹੋ ਸਕਦਾ ਕਿਸੇ ਬਰੋਟੇ ਨਾ ਬਾਹਮਣ ਦਾ ਕੀ ਮਤਲਬ? ਉੱਥੇ ਦਰਖਤ ਹੈ, ਇਹ ਕਿਉਂ ਹੈ? ਬਰੋਟੇ ਨੂੰ ਕਿਉਂ ਨੀ ਕੱਟਣਾ, ਕਿਉਂ ਨੀ ਪੱਟਣਾ, ਕਿਉਂ ਨੀ ਜਲਣਾ? ਪਿੰਡਾਂ ਚੋਂ ਆਏ ਹੁੰਦੇ ਸੀ ਨਾ ਬਰੋਟੇ, ਸੌ ਦਰਖਤ ਸੀਹੋਂ ਦਾ ਲਾਓ, ਸੌ ਕਿੱਕਰ ਦਾ, ਸੌ ਹੋਰ ਦਰਖਤ ਲਾਓ, ਜਿੰਨੀ ਸੌ ਦਰਖਤ ਆਕਸੀਜਨ ਪੈਦਾ ਕਰਦਾ ਹੈ ਬਰੋਟਾ ਇੱਕ ਕਰਦਾ। ਇੰਨਾ ਜ਼ਰੂਰੀ ਹੈ ਅਸੀਂ ਬ੍ਰਾਹਮਣ ਨੂੰ ਦੇ ਬੈਠੇ, ਇਹਨੂੰ ਨਿੱਤ ਪਾਣੀ ਕਿਉਂ ਪਾਉਣਾ ਹੈਗਾ ਰਵੇ, ਇਹਨੂੰ ਵੱਢਣਾ ਕਿਉਂ ਨਹੀਂ? ਆਕਸੀਜਨ ਨਿਕਲਦੀ ਉੱਥੇ ਤੱਕ ਤਾਂ ਆਪਾਂ ਪੁੱਜੇ ਹੀ ਨਹੀਂ। ਸੌ ਦਰਖਤ ਇੱਕ ਬਰੋਟਾ, ਨਾਲ ਪਿੱਪਲ ਹੈ ਦੂਜੇ ਨੰਬਰ ਤਰਵੈਣੀ, ਬਰੋਟਾ ਪਿੱਪਲ ਤੇ ਨਿੰਮ। ਪਿੱਪਲ ਤੇ ਨਿੰਮ ਦਾ ਕੀ ਕੰਮ ਹੈ ਗੁਰਮੁਖੋ? ਤੁਹਾਡੀ ਕਾਰਬਨ ਡਾਈਆਕਸਾਈਡ, ਤੁਹਾਡੀ ਹਾਈਡਰੋਜਨ, ਗੰਦੀ ਜਿਹੜੀ ਹਵਾ ਪਿੱਪਲ ਤੇ ਨਿੰਮ ਉਹਨੂੰ ਫਿਲਟਰ ਕਰਦੇ ਨੇ। ਅਸੀਂ ਕਿਸੇ ਟਕਸਾਲ ਚ ਨਹੀਂ ਪੜ੍ਹਨਾ, ਕਿਤੇ ਵਿਦਿਆ ਨਹੀਂ ਲੈਣੀ, ਬਸ ਲੁਕਤਾ ਚ ਨਹੀਂ ਚੱਲਦੀ, ਪੰਡ ਚੱਕੀ ਫਿਰਦੇ ਲੁਕਤਾ ਚ। ਅੱਖ ਦੇਖ ਲਓ ਰੌਲਾ ਪਿਆ ਪਰਮਿਸ਼ਨ ਦਾ, ਦਰਖਤ ਲਾਓ ਜੀ, ਰਾਣਾ ਕਰੋ ਜੀ। ਮੈਨੂੰ ਇੱਕ ਗੱਲ ਹੁਣ ਕਹਿਣੀ ਪੈਣੀ ਹੈ, ਹੁਣ ਸਰਕਾਰ ਚਾਹੇ ਕੋਈ ਹੋਵੇ ਮੇਰੇ ਨਹੀਂ ਵਾਸਤਾ, ਹੁਣ ਕਹਿੰਦੇ ਜੀ ਨਸ਼ੇ ਹਟਾਓ, ਹੋ ਰਿਹਾ ਨਾ ਕੰਮ ਨਸ਼ੇ। ਜਦੋਂ ਤੁਸੀਂ ਪੰਜਾਬ ਗਏ ਨਾ, ਉਹਨਾਂ ਨੂੰ ਹੱਥ ਬੰਨ ਕੇ ਇੱਕ ਗੱਲ ਪੁੱਛਿਓ ਵੀ ਹੁਣ ਤੁਸੀਂ ਹਟਾਉਣ ਨੂੰ ਕਹਿੰਦੇ, ਇਹ ਲਾਇਕ ਹੀ ਨਹੀਂ ਪੁੱਛਿਓ ਜਰਾ। ਮੈਂ ਤਾਂ ਇਲੈਕਸ਼ਨਾਂ ਲੜੀਆਂ ਨੇ, ਕਿਹੜੀ ਇਲੈਕਸ਼ਨ ਹੈ ਜਿਹਦੇ ਵਿੱਚ ਟਰੱਕਾਂ ਦੇ ਟਰੱਕ ਭੁੱਕੀ ਨਹੀਂ ਦਿੱਤੀ, ਟਰੱਕਾਂ ਦੇ ਟਰੱਕ ਸ਼ਰਾਬ ਦੀਆਂ ਪੇਟੀਆਂ ਘਰਾਂ 'ਚ ਨਹੀਂ ਪਹੁੰਚਾਈਆਂ ਜਾਂਦੀਆਂ, ਕੁਇੰਟਲਾਂ ਦੇ ਹਿਸਾਬ ਨਾਲ ਭੀਮ ਘਰਾਂ 'ਚ ਸਮੈਕ ਲਾਉਣ ਵਾਲੀ ਛਡਾਉਣ ਤੇ ਲੱਗੇ ਹੋਏ ਨੇ। ਜਿਹਨਾਂ ਨੂੰ ਸਰਕਾਰਾਂ ਨਾ ਲਾਉਂਦੀਆਂ ਨੇ ਕੰਮ, ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵਿੱਚ ਵੀ ਨਸ਼ੇ ਵੰਡੇ ਜਾ ਰਹੇ ਨੇ, ਛੱਡਣਗੇ
मन मत पिपर ते निम जहर नु खत्म कर दे, अमृत रूपी ऑक्सीजन बरोटा पैदा कर दे। इन लिखे पावन पावक अमला सुखनी सुख ਤੁਸੀਂ ਦੇਖਿਆ ਸਰਕਾਰ ਵੀ ਜਦ ਕਿਸੇ ਦਾ ਅਖੀਰੀ ਸਮਾਂ ਹੁੰਦਾ ਨਾ, ਉਦੋਂ ਸਿਲੰਡਰ ਜਿਹਾ ਲਿਆ ਕੇ ਉਹਦੇ ਨਾਸਾਂ 'ਚ ਆਕਸੀਜਨ ਲਾ ਦਿੰਦੇ। ਦੇਖਿਆ ਹੁਣ ਤੁਸੀਂ ਉਹ ਪਤਾ ਨਹੀਂ 20-30 ਸਾਲ ਨੂੰ ਹੋਣੇ ਕਹੀ ਆਉਂਦੇ ਇੰਡੀਆ ਵਿੱਚ, ਤਾਂ ਜਦ ਤੱਕ ਉਹਦਾ ਬਿੱਲ ਨਹੀਂ ਦੇ ਦਿਓਗੇ ਉਹ ਚੱਕਣ ਨਹੀਂ ਦਿੰਦੇ। ਉਦੋਂ ਪਤਾ ਲੱਗਦਾ ਸਾਹ ਦੀ ਕੀਮਤ ਕੀ ਨਹੀਂ ਨਾ ਸਿੱਖ ਪਿਆਰੇ ਹੋ ਇੰਨੀਆਂ ਦਾ। ਫਿਰ ਅਸੀਂ ਕ੍ਰਿਸ਼ਨਾ ਵਿੱਚ ਮੈਨੂੰ ਇਹ ਨਹੀਂ ਮਿਲਿਆ ਕਿ ਇੱਕੋ ਇੱਕ ਸੰਤੋਖ ਜੋ ਦਿੱਤਾ ਸਵਾਈਂ ਤੋਖ ਮੈਨੂੰ ਬਹੁਤ ਕੁਝ ਦਿੱਤਾ। ਸੰਤੋਖ ਕੀ ਹੁੰਦਾ? ਥੋੜਾ ਵੀ ਦਿੱਤਾ ਉਹਨੂੰ ਬਹੁਤ ਕਹਿਣਾ, ਇਹ ਸੰਤੋਖ। ਕ੍ਰਿਸ਼ਨਾ ਬਹੁਤ ਦਿੱਤੇ ਨੂੰ ਵੀ ਥੋੜਾ, ਲੰਗਰ ਚ ਚਾਹ ਭਰਦੀਆਂ ਨੇ ਅੱਧਾ ਗਲਾਸ ਹੀ ਪਾਈਦਾ। ਜਿਹੜਾ ਤਾਂ ਸੰਤੋਖੀ ਹੈ ਉਹਨੂੰ ਖਾਲੀ ਗਲਾਸ ਨਹੀਂ ਦਿਖਣਾ, ਉਹ ਕਹੂਗਾ ਅੱਧਾ ਭਰਿਆ ਹੋਇਆ। ਜਿਹੜਾ ਮੇਰੇ ਵਰਗਾ ਕ੍ਰਿਸ਼ਨਾ ਦਾ ਉਹਨੂੰ ਚਾਹ ਦਿਖਣੀ, ਉਹ ਵੀ ਕਹਿੰਦਾ ਅੱਧਾ ਖਾਲੀ ਉਹ ਛੱਡ ਗਿਆ। ਉਹ ਸਤਨਾ ਉਹਨੂੰ ਚਾਹ ਦਿਖਣੀ, ਉਹ ਵੀ ਉਹਨੂੰ ਨੈਗੇਟਿਵ ਬਸ ਖਾਲੀ ਦਿਖਣੀ। ਜੋ ਦਿੱਤੇ ਬਹੁਤ ਇੰਨਾ ਵੀ ਨਾ ਦਿੰਦਾ, ਆਪਾਂ ਕੀ ਕਰਦੇ? ਪੜ੍ਹਦੇ ਹਾਂ ਧਨਾਸ਼ਰੀ ਰਾਮ, ਜੇ ਤੂੰ ਕਿਸੇ ਨਾ ਦੇਈ ਮੇਰੇ ਸਹਿਬਾ ਕਿਆ ਕੋ ਕੱਢੇ ਕਹਿਣਾ। ਪੰਜਾਬੀ ਦਾ ਫਰੇਜ਼ ਮੁਹਾਵਰਾ, ਕਿਸੇ ਦਾ ਕਹਿਣਾ ਕਾਰਨ ਕੁਛ ਵਿਗਾੜਨਾ। ਗੁਰੂ ਨਾਨਕ ਕਹਿੰਦੇ ਸਿੱਖਾ, ਜੇ ਰੱਬ ਕਿਸੇ ਨੂੰ ਰੋਟੀ ਕੱਪੜਾ ਜੁੱਤੀ ਮੰਜੀ ਵੀ ਨਾ ਦੇਵੇ ਕੀ ਰੱਬ ਦੀ ਟੰਗ ਤੋੜੂਗਾ? ਖੁਸ਼ ਕੀ ਵਿਗਾੜਾਂਗੇ ਆਪਾਂ ਰੱਬ ਦਾ? ਸੰਤੋਖ ਸਵਾਈਂ ਤੋਖ, ਇਹਦੇ ਬਿਨਾਂ ਬਿਨਾਂ ਸੰਤੋਖ ਨਹੀਂ ਕੋਲ ਰੱਜ। ਸੁਪਨ ਮਨੋਰਥ ਬਿਰਥੇ ਸਭ ਕੱਜ, ਆਪਣੀ ਦਿੱਤੀ ਹੋਈ ਦਾਤ ਤੋਂ ਬਾਹਰ ਜਾਂਦੇ ਸੁਪਨਾ ਦੇਖ ਰਹੇ ਨੇ। ਸੁਪਨਾ ਹੈ ਉਹਦੇ ਅੱਖ ਖੁੱਲੀ ਤੇ ਗਿਆ ਕਿੱਥੇ ਮਿਲਣੀ? ਜੀ ਸੁਪਨੇ ਹੋਏ ਬੈਸਟ ਰਾਜਾ, ਰਾਜਾ ਵੀ ਬਣੇ ਕੀ ਹੋਵੇਗਾ ਜਿੰਨਾ ਚਿਰ ਸੁਪਨ। ਸੰਤੋਖ ਤੋਂ ਬਿਨਾਂ ਕ੍ਰਿਸ਼ਨਾ ਨਹੀਂ ਹਟਣੀ। ਹੁਣ ਅੱਗੇ ਚਲੋ, ਸੰਤੋਖ ਕਿੱਥੋਂ ਆਉਣਾ? ਡਾਕਟਰ ਨੇ ਕਹਿਤਾ ਵੀ ਸਰੀਰ ਬਿਨਾਂ ਤੇਰੀ ਖੰਘ ਨਹੀਂ ਹਟਣੀ, ਸਰੀਰ ਵੀ ਤਾਂ ਕਿਤੋਂ ਮਿਲੇਗੀ? ਉਪਰ ਥੋੜਾ ਵੀ ਜੀ ਹੋਈ ਆਪਾਂ ਨੇ ਉਹ ਵੀ ਦੇਖ। ਸੰਤੋਖ ਤੋਂ ਬਿਨਾਂ ਕ੍ਰਿਸ਼ਨਾ ਨਹੀਂ ਖੁੱਲਣੀ, ਸਿਮਰਨ ਤੋਂ ਬਿਨਾਂ ਸੰਤੋਖ ਨਹੀਂ ਆਉਣਾ। ਇੱਕ ਸਿਮਰਨ ਤੋਂ ਹੈ, ਪੜ੍ਹਦੇ ਹੋ ਨਿਤ ਭੁੱਲਿਆ ਨਾ ਕਰੋ। ਪ੍ਰਭ ਕੈ ਸਿਮਰਨ ਕ੍ਰਿਸ਼ਨਾ ਬੁੱਝੇ, ਇਹ ਸੰਤੋਖ ਲਿਆਉਣ ਦੀ ਗੱਲ, ਤ੍ਰਿਸ਼ਨਾ ਨੂੰ ਹਟਾਉਣ ਦੀ ਉਹਦੇ ਸਿਮਰਨ ਵਿੱਚ ਹੈ ਬਸ। ਪ੍ਰਭ ਕੈ ਸਿਮਰਨ ਇੱਕ ਸੁਖਮਨੀ ਸਾਹਿਬ ਦੀ ਗੰਭੀਰ ਤੋਂ ਕਹਿ ਉਹ ਵੀ ਸੁਣ ਲਓ। ਤ੍ਰਿਸ਼ਨਾ ਬਾਬ ਪੜ੍ਹ ਦਿੱਤਾ ਨਿਰਗੁਣ ਗੁਰ ਪ੍ਰਸਾਦ ਆਪਨ ਆਪ ਸੁਜੇ, ਯਾਦ ਆਈ ਸੁਖਮਨੀ ਦੀ ਤੋਂ? ਤੁਹਾਡੇ ਚੈਨਲ 'ਚ ਬੇਨਤੀ ਹੈ ਪੜ੍ਹਿਆ ਕਰੋ ਬੀਬੀਆ ਸੁਖਮਨੀ, ਪਰ ਆਨੰਦ ਉਸ ਦਿਨ ਆਉਣਾ ਜਿਸ ਦਿਨ ਆਪਣੇ ਖਾਤਰ ਪੜੋਗੇ। ਇਹ ਦਸਮ ਪਾਤਸ਼ਾਹ ਨੇ ਕਿਹਾ ਪੰਜ ਬਾਣੀਆਂ ਪੜ੍ਹਨ ਨੂੰ ਤਾਂ ਪੜ੍ਹਨਾ, ਦਸਮ ਪਾਤਸ਼ਾਹ ਕਹਿੰਦੇ ਬੜੀ ਹੈ। ਮੈਂ ਪੰਜ ਬਾਣੀਆਂ ਦਾ ਦੇ ਦਿੰਦੇ, ਇਹ ਅਰਦਾਸ ਵੀ ਕਰਨੀ ਹੈ, ਕਰਿਆ ਕਰੋ ਸੱਚੇ ਪਾਤਸ਼ਾਹ ਮੈਂ ਬਾਣੀਆਂ ਦਾ ਪਾਠ ਕਰਿਆ। ਸੱਚਖੰਡ ਪ੍ਰਵਾਨ ਕਰਦੇ ਹੋ ਨਾ ਸੱਚੇ ਪਾਤਸ਼ਾਹ, ਕਿਤੇ ਭੁੱਲਿਆ ਹੋਇਆ?
ਵੀ ਇਹਨਾਂ ਤਾਂ ਇੱਕ ਤੁਕ ਵੀ ਪ੍ਰਵਾਨ ਨਹੀਂ ਕੀਤੀ, ਮੈਨੂੰ ਕਹਿੰਦਾ ਪੰਜ ਪ੍ਰਵਾਨ ਕਰ। ਤੁਹਾਡਾ ਨਿਤਨੇਮ ਉੱਦਣ ਪ੍ਰਵਾਨ ਹੋਣਾ ਜਿੱਦਣ ਉਸ ਬਾਣੀ ਨੂੰ ਪੜ੍ਹ ਕੇ ਆਪ ਪ੍ਰਵਾਨ ਕਰੋਗੇ ਆਪ। ਜੇ ਆਪਾਂ ਨਹੀਂ ਮੰਨਿਆ ਤੇ ਗੁਰੂ ਤੁਹਾਡਾ ਅਕਾਊਂਟੈਂਟ ਲੱਗਿਆ ਵੀ ਲਿਖੇ ਮਨੀਮ ਰੱਖਿਆ ਹੋਣਾ ਵੀ ਲਿਖੀ ਜਾਵੇ ਇੰਨੀਆਂ ਬਾਣੀਆਂ ਪੜ੍ਹੀਆਂ। ਜਿੱਦਣ ਤੂੰ ਤ੍ਰਿਸ਼ਨਾ ਕਦੋਂ ਬੁਝੇਗੀ? ਗੁਰ ਪ੍ਰਸਾਦ ਆਪਣ ਆਪ ਸੁਝੇ, ਆਪਣ ਆਪ ਦੋ ਗੁਰੂ ਦੀ ਕਿਰਪਾ ਨਾਲ ਜਿੱਦਣ ਤੈਨੂੰ ਪਤਾ ਲੱਗ ਗਿਆ ਇੱਥੇ ਕੀ ਮੇਰਾ ਕੀ ਮੇਰਾ ਨਹੀਂ ਹੈ, ਆਪਣੇ ਆਪ ਦੀ ਸੋਝੀ ਕਰੀ ਮੈਂ ਕੌਣ ਹੈ? ਆ ਸਰੀਰ ਦੇਹੀ ਆਪਣ ਤਨ ਨਹੀਂ ਜਾਂ ਕੋ ਕਰਵਾ। ਮਹਾਰਾਜ ਕਹਿੰਦੇ ਸਿੱਖਾ ਇਹ ਗੁਰੂ ਦੀ ਕਿਰਪਾ ਨਾਲ ਸੋਝੀ ਮਿਲੂਗੀ ਕਿ ਤੇਰਾ ਸਰੀਰ ਵੀ ਤੇਰਾ ਨਹੀਂ ਹੈ, ਆਪਣ ਤਨ ਨਹੀਂ ਜਾਂ ਕੋ ਕਰਵਾ ਜੀ ਦਾ ਬਹੁਤ ਮਾਣ ਕਰਦੇ। ਇਹ ਸੋਝੀ ਕਿੱਥੋਂ ਆਊਗੀ? ਗੁਰ ਪ੍ਰਸਾਦ ਆਪਣ ਆਪ ਸੁਝਿਆ, ਆਪਣੇ ਆਪ ਦਾ ਗਿਆਨ। ਤੇ ਇਹ ਗਿਆਨ ਜਿੱਦਣ ਹੋ ਗਿਆ ਕਿ ਮੈਂ ਮਿੱਟੀ ਦੀ ਢੇਰੀ ਹੈ, ਇੱਥੇ ਕਿਉਂ ਲੋਕਾਂ ਦੇ ਧਨ ਵੱਲ ਵੇਖਣਾ, ਕਿਉਂ ਲੋਕਾਂ ਦੀ ਵਡਿਆਈ ਵੱਲ ਵੇਖਣਾ, ਕਿਉਂ ਉਹਨਾਂ ਦੀ ਜਾਇਦਾਦ ਨੂੰ ਹੜੱਪਣ ਦੀ ਗੱਲ ਕਰਨੀ ਹੈ? ਜਦ ਮੈਂ ਨਹੀਂ ਰਹਿੰਦਾ ਤੁਹਾਡੇ ਮੁਲਕਾਂ ਚੋਂ ਇੱਕ ਰੌਲਾ ਪਿਆ ਹੋਇਆ, ਕਹਿੰਦੇ ਬਿਜ਼ਨਸ ਘੱਟ ਗਿਆ, ਟਰੱਕਾਂ ਵਾਲੇ ਕਹਿੰਦੇ ਕੁਛ ਨਹੀਂ ਰਿਹਾ ਜੀ, ਕਹਿੰਦੇ ਬਹੁਤ ਘੱਟ ਗਏ ਕੰਮ, ਆਮਦਨ ਘੱਟ ਗਈ। ਜੱਟ ਵੀ ਦੇ ਲੋ ਤੁਸੀਂ ਖੇਤੀ ਕਰਦੇ ਆ, ਮੈਂ ਵੀ ਕਰਦਾ, ਕਹਿੰਦੇ ਕੁਛ ਨਹੀਂ ਰਿਹਾ ਜੀ, ਖਰਚ ਜ਼ਿਆਦਾ ਹੋ ਗਏ, ਕੁਛ ਨਹੀਂ ਬਣਦਾ। ਵਪਾਰੀ ਵੀ ਕਹਿੰਦਾ ਘੱਟਾ ਪੈਂਦਾ। ਇੱਕ ਬੇਨਤੀ ਮੇਰੀ ਅੱਜ ਮੰਨਦੇ ਹੋ, ਟਰੱਕਾਂ 'ਚ ਘਾਟਾ ਪੈ ਰਿਹਾ, ਖੇਤੀ 'ਚ ਪੈ ਰਿਹਾ, ਸਟੋਰ 'ਚ ਪੈ ਰਿਹਾ, ਇਹਨਾਂ ਨੂੰ ਇਕੱਲਿਆਂ ਨੂੰ ਨਾ ਦੇਖੋ, ਕਿਤੇ ਨਿਗਾਹ ਮਾਰਿਓ ਕਿ ਮੈਂ ਵੀ ਘੱਟ ਰਿਹਾ। ਆਪਣੇ ਕਣੀ ਦੇਖੋ, ਬਿਜ਼ਨਸ ਨਾ ਦੇਖੋ, ਆਪਾਂ ਵੱਧ ਰਹੇ ਹਾਂ। ਛਿਨ ਛਿਨ ਔਧ ਵਿਹਾਤ ਹੈ ਬੂਟੇ ਕੱਢ ਜਾ। ਟਰੱਕਾਂ ਦੀ ਕਮਾਈ ਆਦ ਹੈ ਘੱਟ ਰਹੀ ਹੈ ਖੇਤੀ ਦੀ ਬਿਜ਼ਨਸ ਦੀ, ਪਰ ਆਪਣਾ ਘਾਟਾ ਨਹੀਂ ਕਦੇ ਯਾਦ ਰੱਖਿਆ। ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਆਪਣੇ ਘਾਟੇ ਨੂੰ ਮੁੱਖ ਰੱਖੋ, ਤੇਰੇ ਟਰੱਕਾਂ ਟਰੁੱਕਾਂ ਨੇ ਦਿਖਣੇ ਹੀ ਨਹੀਂ। ਗੁਰ ਪ੍ਰਸਾਦ ਆਪਣ ਆਪ ਸੁਝੇ, ਆਪਣੇ ਘਾਟੇ ਦਾ ਜਿੱਦਣ ਤੈਨੂੰ ਸੋਝੀ ਪੈਗੀ ਬਸ ਤ੍ਰਿਸ਼ਨਾ ਉਦਣੇ ਬੁਝਗੀ। ਗੁਰ ਪ੍ਰਸਾਦ ਆਪਣ ਆਪ ਸੁਝੇ, ਫਿਰ ਸਤਿਗੁਰ ਕਹਿੰਦੇ ਤ੍ਰਿਸ਼ਨਾ ਬੁਝੇ ਪੜ੍ਹ ਲਿਆ ਕਰੋ। ਸਾਨੂੰ ਆਪਣੇ ਆਪ ਦਾ ਗਿਆਨ ਨਹੀਂ ਮਿਲੀ, ਇੱਥੇ ਕਿਹੜੀ ਚੀਜ਼ ਹੈ? ਪਰ ਕੀ ਕਹੋ ਆਪਣੀ ਕਰ ਜਾ, ਪਰਾਈਆਂ ਵਸਤੂਆਂ ਨੂੰ ਅਸੀਂ ਆਪਣੀਆਂ ਬਣਾ ਲਏ, ਤ੍ਰਿਸ਼ਨਾ ਵੱਧ ਗਈ, ਹੋਰ ਬਣ ਮੇਰੀਆਂ ਨਹੀਂ। ਗੁਰਸਿੱਖ ਪਿਆਰਿਓ, ਤ੍ਰਿਸ਼ਨਾ ਦਾ ਇਲਾਜ ਸਿੱਧੀ ਤੁਕ ਪੜ੍ਹ ਲਓ। ਤ੍ਰਿਸ਼ਨਾ ਬੁਝੇ ਹਰ ਕੈ ਨਾਮ, ਕੋਈ ਟੀਕਾ ਨਹੀਂ, ਕੋਈ ਦਵਾਈ ਨਹੀਂ, ਇੱਕੋ ਇੱਕ ਵਾਹਿਗੁਰੂ ਦਾ ਨਾਮ ਹੈ। ਮਹਾਂ ਸੰਤੋਖ ਹੋਵੇ ਗੁਰਬਖਣੀ, ਪ੍ਰਭ ਸਿਉ ਲਾਗੇ ਪੂਰਨ ਗੁਰੂ ਦੇ ਬਚਨ। ਉਹ ਕੀ ਹੈ? ਨਾਮ ਬਾਣੀ ਸਾਡੇ ਕੋਲ ਗੁਰੂ ਦੇ ਬਚਨ। ਇਹ ਹੈ ਇੱਕ ਤ੍ਰਿਸ਼ਨਾ ਦਾ ਪਰਾਂ, ਤ੍ਰਿਸ਼ਨਾ ਬੁਝੇ। ਪਰ ਕਿੰਨੇ ਕੁ ਕਰਦੇ ਨੇ ਉਹ ਵੀ ਲਿਖਦਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ। ਇਹ ਤਾਂ ਦਸ ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਾਰਨ, ਇਹ ਤਾਂ ਸੌ ਹੋ ਗਿਆ ਹਜ਼ਾਰ ਤੇ ਲੱਖ ਗਾਂ ਗਾਂ ਧਾਵਣੀ ਲੱਗੀ ਰਹਿਣੀ। ਸਿੱਖ ਪਿਆਰਿਓ, ਬੇਨਤੀ ਤੁਹਾਡੇ ਚਰਨਾਂ ਵਿੱਚ ਜਿੱਥੇ ਤੱਕ ਬਚ ਹੋਵੇ ਪਰਾਈ ਵਸਤੂ ਵੱਲ ਧਿਆਨ ਨਹੀਂ ਦੇਣਾ। ਜਦੋਂ ਪਰਾਈ ਵਸਤੂ ਵੱਲ ਧਿਆਨ ਦੇਵੇਗਾ ਉਦੋਂ ਤੇਰਾ ਤ੍ਰਿਸ਼ਨਾ ਦਾ ਰੋਗ
ਆਪਣੀ ਵਸਤੂ ਨੂੰ ਬਹੁਤ ਕਵੇਗਾ ਤੇ ਪਰਾਏ ਦੀ ਲੈਣ ਦੀ ਗੱਲ ਪਿਛਲੇ ਕਿਸੇ ਪਰਾਏ ਨੂੰ ਆਪਣੀ ਕਿਰਤ ਵਿੱਚੋਂ ਵੱਢ ਕੇ ਛਕੇਗਾ ਇਹ ਸੰਤੋਖ ਹੈ। ਇਸੇ ਕਰਕੇ ਗੁਰੂ ਮਹਾਰਾਜ ਨੇ ਜਿੱਥੇ ਕਿਰਤ ਨੂੰ ਕਿਹਾ, ਨਾਮ ਜਪਣ ਨੂੰ ਕਿਹਾ, ਤੀਜੇ ਨੰਬਰ ਤੇ ਰੱਖਿਆ ਵੰਡ ਕੇ ਛਕੋ। ਇਹਨੂੰ ਇਹ ਕਿਹਾ ਡਾਲਰਾਂ ਹੀ ਡਾਲਰੇ ਵੰਡਣੇ ਭੇਦ ਨੇ। ਜੇ ਕੋਈ ਦਸਾਂ ਨੰਬਰ ਦੀ ਕਿਰਤ ਕਰਕੇ ਮਾਇਆ ਕਮਾਉਂਦਾ ਉਹਨੂੰ ਵੀ ਵੰਡ ਕੇ ਛਕੋ। ਜੇ ਕੋਈ ਸਿਮਰਨ ਦੀ ਕਮਾਈ ਕਰਕੇ ਨਾਮ ਦਾ ਧਨ ਇਕੱਠਾ ਕਰਦਾ ਉਹ ਵੀ ਆਪਣੇ ਖਾਤਰ ਨਾ ਕਰੀ। ਜਦ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਮਰੇ ਨਾਮ। ਉਹ ਵਾਹਿਗੁਰੂ ਦਾ ਨਾਮ ਧਰਮੀ ਜਿਹੜਾ ਤੇਰੇ ਕੋਲ ਇਕੱਠਿਆ ਉਹਨੂੰ ਵੀ ਵੰਡ, ਹੋਰਾਂ ਨੂੰ ਜਪਾ ਪ੍ਰੇਰਨਾ ਕਰ। ਇਹ ਦੋਵੇਂ ਧਰਨੇ ਇੱਕ ਸੱਚਾ ਤੇ ਇੱਕ ਝੂਠਾ ਦੋਵੇਂ ਵੰਡ ਕੇ ਤਿਸ਼ਨਾ। ਪੰਜ ਦਿਨ ਹੋ ਗਏ ਗੁਰਸਿੱਖ ਪਿਆਰੇ ਤੁਹਾਡੇ ਚਰਨਾਂ ਵਿੱਚ, ਅੱਜ ਬੇਨਤੀ ਯਾਦ ਰੱਖ ਕੇ ਮੰਨ ਲਿਓ ਕਿ ਪਰਾਈ ਵਸਤੂ ਵੱਲ ਧਿਆਨ ਨਹੀਂ ਦੇਣਾ, ਜੋ ਆਪਣਾ ਸਾਨੂੰ ਵਾਹਿਗੁਰੂ ਨੇ ਦਿੱਤਾ ਉਹਨੂੰ ਬਹੁਤ ਕਹੋ, ਬਹੁਤ ਦਿੱਤਾ ਬਸ ਸੰਤੋਖ ਆ ਗਿਆ। ਬਹੁਤ ਧੰਨਵਾਦ ਹੈ ਤੁਹਾਡਾ, ਬਹੁਤ ਪਿਆਰ ਨਾਲ ਲਗਾਤਾਰ ਆਉਂਦੇ ਹੋ, ਟੁੱਟੀਆਂ ਟੁੱਟੀਆਂ ਬੇਨਤੀਆਂ ਸਰਵਣ ਕਰਦੇ ਹੋ, ਪਿਆਰ ਸਤਿਕਾਰ ਬਖਸ਼ਦੇ ਹੋ, ਮਾਇਆ ਬਹੁਤ ਬਖਸ਼ਦੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਨੂੰ ਬਹੁਤ ਵੱਡੀ ਸੇਵਾ ਫਤਿਹਗੜ੍ਹ ਸਾਹਿਬ ਦੀ ਬਖਸ਼ੀ ਗਈ ਹੈ। ਸਟੀਲ ਦੀਆਂ ਛੱਤਾਂ, ਇਹ ਤੁਹਾਡੀ ਮਾਇਆ ਸਾਰੀ ਉੱਥੇ ਹੀ ਜਾਣੀ ਹੈ। ਕੋਈ 2.5 ਕਰੋੜ ਦਾ ਬਜਟ ਹੈ ਉਹਦਾ, ਕਿਸੇ ਆਪਣੇ ਰਿਸ਼ਤੇਦਾਰ ਨੂੰ ਭੇਜਿਓ ਦਰਸ਼ਨ ਮੇਲੇ ਕਰਕੇ, ਉਹ ਵੀ ਤੁਸੀਂ ਬਖਸ਼ਿਸ਼ ਕਰ ਰਹੇ ਹੋ। ਬਹੁਤ ਧੰਨਵਾਦ, ਤੁਹਾਡੀ ਮਾਇਆ ਸਰਦੀ ਹੋਵੇ। ਸੁਣੇ ਹੋਏ ਬਚਨ ਸਾਨੂੰ ਮਹਾਰਾਜ ਮੰਨਣ ਦਾ ਬਲ ਬਖਸ਼ਣ, ਜੋ ਸਾਡਾ ਆਪਣਾ ਉਹ ਤੇ ਜੀਵਨ ਸੰਤੋਖ ਨਾਲ ਕੱਟੀਏ। ਪਰਾਈ ਵਸਤੂ ਵੱਲ ਇੱਛਾ ਨਹੀਂ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।